ਸਾਡੇ ਨਾਲ ਇਸ ਵੇਲੇ ਜੋ ਗੱਲਬਾਤ ਕਰ ਰਹੇ ਨੇ ਸਰਦਾਰ ਭੁਪਿੰਦਰ ਸਿੰਘ ਸ਼ੇਜੂਨ, ਔਰ ਤੁਸੀਂ ਵੇਖਿਆ ਆ ਕਿ ਉਹ ਪੰਥਕ ਸ਼ਖਸੀਅਤ ਨੇ, ਔਰ ਉਹਨਾਂ ਨਾਲ ਅਸੀਂ ਜੋ ਅੱਜ ਦਿਨ ਬ ਦਿਨ ਇੱਕ ਮਸਲਾ ਵੱਧਦਾ ਜਾ ਰਿਹਾ ਜਾਂ ਭਖਦਾ ਜਾ ਰਿਹਾ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਉਹਦਾ ਜੋ ਪੰਜਾਬ ਦੇ ਵਿੱਚ ਇਹ ਵੇਖਿਆ ਗਿਆ ਕਿ ਅਸੀਂ ਵੇਖੀਏ ਇੱਕ ਤੱਥ ਹੈ ਉਹਦੇ ਬਾਰੇ ਕਿ ਉਹਦੇ ਕੋਲ ਐਜੂਕੇਸ਼ਨ ਕੋਈ ਐਡੀ ਵੱਡੀ ਹੈ ਨਹੀਂ ਗੀ ਜਿਹੜਾ ਕਿ ਉਹ ਨਿੱਤ ਨਵੇਂ ਦਿਨ ਕੋਈ ਨਵੀਂ ਗੱਲ ਕੱਢਦਾ ਆ ਅਤੇ ਉਸ ਗੱਲ 'ਤੇ ਫਿਰ ਕੋਈ ਨਾ ਕੋਈ ਮੁੱਦਾ ਖੜਾ ਹੁੰਦਾ ਆ। ਸਰਦਾਰ ਭੁਪਿੰਦਰ ਸਿੰਘ ਜੀ, ਤੁਸੀਂ ਸਭ ਤੋਂ ਪਹਿਲਾਂ ਇਹ ਤੁਹਾਡੇ ਕੋਲ ਮੈਂ ਸਵਾਲ ਕਰਾਂਗੇ ਕਿ ਜਿਹੜਾ ਬਾਬਾ ਜੀ, ਚਲੋ ਬਾਬਾ ਜੀ ਦੀ ਗੱਲ ਵੱਖਰੀ ਹੋਈ, ਜਿਹੜੀ ਸੰਗਤ ਉੱਥੇ ਇਹਦੇ ਦੀਵਾਨਾਂ 'ਚ ਨਹੀਂ ਚਲੀ ਜਾਂਦੀ ਆ, ਉਹ ਕਿਉਂ ਚਲੀ ਜਾਂਦੀ ਆ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੇਖੋ, ਸੰਗਤ ਉੱਥੇ ਕੋਈ ਵੀ ਪ੍ਰਚਾਰ ਸੁਣਨ ਨਹੀਂ ਜਾਂਦੀ, ਨਾ ਹੀ ਉਹ ਪ੍ਰਚਾਰ ਕਰਦਾ ਵਾ ਜੀ। ਉਹ ਤਾਂ ਇੱਕ ਸਿਰੇ ਦਾ ਗਲਤ ਬੰਦਾ ਹੈ ਜਿਹੜਾ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਦਾ ਆ ਜੀ। ਔਰ ਲੋਕ ਅੱਜ ਕੱਲ੍ਹ ਦਾ ਜਿਹੜਾ ਸਮਾਂ ਚੱਲਦਾ ਜੀ, ਲੋਕਾਂ ਨੂੰ ਨਾ ਨਿੰਦਿਆ ਚੁਗਲੀ ਬਹੁਤ ਪਸੰਦ ਆ ਜੀ, ਗੁਰਬਾਣੀ ਨਾਲੋਂ ਜੀ। ਅਤੇ ਲੋਕ ਉੱਥੇ ਸਿਰਫ ਨਿੰਦਿਆ ਚੁਗਲੀ ਸੁਣਨ ਜਾਂਦੇ ਆ, ਨਾ ਕਿ ਗੁਰੂ ਦਾ ਪ੍ਰਚਾਰ ਸੁਣ ਜਾਂਦੇ ਆ ਜੀ। ਅਤੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਇੰਨੇ ਜਣੇ ਉੱਥੇ ਇਕੱਠੇ ਹੋ ਕੇ ਜਾਂਦੇ ਆ, ਤੁਸੀਂ ਪੁਰਾਣਾ ਸਮਾਂ ਵੇਖ ਲਓ, ਉਹਦੇ ਵਿੱਚ ਭਾਈ ਲਾਲੋ ਜਿਹੜਾ ਸੀ, ਉਹਨਾਂ ਵੱਲ ਸੰਗਤ ਘੱਟ ਸੀਗੀ ਅਤੇ ਗੁਰੂ ਦੇ ਪਹਿਰੇ ਸੀਗੇ ਉਹਨਾਂ ਵੱਲ ਜੀ। ਅਤੇ ਦੂਜੇ ਪਾਸੇ ਮਲਕ ਭਾਗੋ ਸੀਗਾ, ਉਹਦੇ ਵੱਲ ਲੋਕ ਬਹੁਤ ਸੀਗੇ ਜੀ। ਸੇਮ ਹੀ ਚੀਜ਼ ਆ ਵੀ ਮਲਕ ਭਾਗੋ ਵਾਲਾ ਹੀ ਉਹ ਕੰਮ ਕਰਨ ਡਿਆ, ਅਤੇ ਉਹਦੇ ਨਾਲ ਕੂੜ ਦੇ ਨਾਲ ਕੂੜ ਇਕੱਠਾ ਹੁੰਦਾ ਵਾ ਅਤੇ ਚੰਗੇ ਦੇ ਨਾਲ ਚੰਗਾ ਇਕੱਠਾ ਹੁੰਦਾ ਆ, ਅਤੇ ਕੂੜ ਦਾ ਪ੍ਰਚਾਰ ਉਹ ਕਰਦਾ ਅਤੇ ਉਹਦੇ ਨਾਲ ਕੂੜ ਹੀ ਆ। ਜਿਹੜੇ ਲੋਕ ਉਹਨੂੰ ਸੁਣਨ ਜਾਂਦੇ ਆ, ਕੋਈ ਉਹ ਗੁਰੂ ਦਾ ਨਾਮ ਜਪਣ ਨਹੀਂ ਜਾਂਦੇ, ਚੁਗਲੀਆਂ ਸੁਣਨ ਜਾਂਦੇ ਆ ਜੀ, ਜਿਹੜਾ ਕਿ ਲੋਕਾਂ ਨੂੰ ਸਵਾਦ ਪੈ ਚੁੱਕਾ, ਇਹੋ ਜਿਹੇ ਬੰਦੇ ਉਹਦੇ ਨਾਲ ਜੁੜਦੇ ਆ ਜੀ। ਸਿੰਘ ਜੀ, ਭਾਈ ਜੋ ਰਣਜੀਤ ਸਿੰਘ ਢੱਡਰੀਆਂ ਵਾਲਾ, ਜਦੋਂ ਵੀ ਉਹ ਕੋਈ ਗੱਲਬਾਤ ਕਰਦਾ ਆ, ਜਦੋਂ ਉਸ ਚੀਜ਼ 'ਤੇ ਕੋਈ ਮਸਲਾ ਉੱਠਦਾ ਆ, ਤਾਂ ਅਗਰ ਉਹਨੂੰ ਪੁੱਛਿਆ ਜਾਂਦਾ ਤਾਂ ਇੱਕੋ ਹੀ ਗੱਲ ਕਹਿੰਦਾ ਕਿ ਮੈਂ ਆਪਣੇ ਕੋਲੋਂ ਕੋਈ ਮਸਲਾ ਨਹੀਂ ਉਠਾਉਂਦਾ, ਇਹ ਜੋ ਵੀ ਆ ਮੈਂ ਜੇ ਸੂਰਜ ਪ੍ਰਕਾਸ਼ ਪੜ੍ਹਿਆ ਜਾਂ ਭਾਈ ਸੰਤੋਖ ਸਰ ਦੀਆਂ ਰਚਨਾਵਾਂ ਮੈਂ ਉਹਨਾਂ ਦੇ ਵਿੱਚ ਪੜ੍ਹਦਾ ਹਾਂ, ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਜਦੋਂ ਕੋਈ ਵੀ ਚੀਜ਼ ਕਿਸੇ ਨੂੰ ਵੀ ਕੋਈ ਗਲਤ ਲੱਗਦੀ ਹੈ, ਆਪਾਂ ਘਰ ਦੇ ਵਿੱਚ ਹੀ ਕਿਸੇ ਨੂੰ ਕੋਈ ਚੀਜ਼ ਗਲਤ ਲੱਗਦੀ ਮੰਨ ਲਓ ਜੀ, ਅਤੇ ਉਹਦਾ ਆਪਾਂ ਬਹਿ ਕੇ ਘਰ ਦੇ ਵਿੱਚ ਵਿਚਾਰ ਕਰਦੇ ਹਾਂ ਕਿ ਕੋਠੇ 'ਤੇ ਚੜ ਕੇ ਰੌਲਾ ਪਾਉਂਦੇ ਹਾਂ ਜੀ, ਅਤੇ ਜੇ ਉਹਨੂੰ ਕੋਈ ਗੱਲ ਗਲਤ ਲੱਗਦੀ ਆ, ਅਤੇ ਪੰਥਕ ਸ਼ਖਸੀਅਤਾਂ ਨੇ ਉਹਨੂੰ ਬੜੀ ਵਾਰੀ ਕਿਹਾ ਵੀ ਸਾਡੇ ਨਾਲ ਬਹਿ ਕੇ ਵਿਚਾਰ ਕਰ, ਫਿਰ ਉਹ ਵਿਚਾਰ ਤੋਂ ਭੱਜਦਾ ਆ ਜੀ। ਪਹਿਲਾਂ ਜਿਹੜਾ ਪਹਿਲਾ ਸਮਾਂ ਸੀਗਾ ਬਾਦਲਾਂ ਦੇ ਸਮੇਂ ਵੀ ਉਹਦਾ ਇਹੋ ਹੀ ਕੰਮ ਸੀਗਾ, ਅਤੇ ਹੁਣ ਤਾਂ ਕੈਪਟਨ ਉਹਦੀ ਘਰ ਦੀ ਸਰਕਾਰ ਆ, ਉਹ ਕੈਪਟਨ ਉਹਨਾਂ ਦਾ ਖਾਸ ਬੰਦਾ ਆ, ਅਤੇ ਉਹਨੂੰ ਵੇਖੋ ਸੁਰੱਖਿਆ ਦਿੱਤੀ ਜਾਂਦੀ ਆ। ਕਦੀ ਤੁਸੀਂ ਵੇਖਿਆ ਵੀ ਧਾਰਮਿਕ ਦੀਵਾਨ ਲੱਗਦੇ ਹੋਣ ਅਤੇ ਪੁਲਿਸ ਸਿਕਿਉਰਿਟੀ ਦੇ ਵਿੱਚ ਲੱਗਦੇ ਹੋਣ? ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਗੁਰੂ ਦੇ ਨਾਲ ਜੋੜ ਲਿਆ, ਕਦੀ ਉਹਨਾਂ ਨੂੰ ਨਹੀਂ ਲੋੜ ਪਈ ਇਹਨਾਂ ਦੀ ਸਹਾਇਤਾ ਦੀ, ਸਰਕਾਰ ਦੀ ਜਾਂ ਪੁਲਿਸ ਦੀ। ਉਹਦੇ ਲਾਗੇ ਨਹੀਂ ਸੀ ਲੱਗਣ ਦਿੰਦੇ, ਉਹਦੇ ਇਹ ਕਹਿੰਦੇ ਹੁੰਦੇ ਸੀਗੇ ਵੀ ਸਹਾਇਤਾ ਪੁਲਿਸ ਉਹਦੀ ਕਰਦੀ ਜਿਹੜਾ ਪੁਲਿਸ ਦਾ ਬੰਦਾ ਹੋਏ, ਜਿਹੜਾ ਟੌਟ ਹੋਵੇ। ਇਹ ਪੁਲਿਸ ਦਾ ਹੀ ਟੌਟ ਆ, ਇਹਨੂੰ ਕੋਈ ਆਪਾਂ ਪੰਥਕ ਬੰਦਾ ਨਹੀਂ ਕਹਿ ਸਕਦੇ। ਜੇ ਬੰਦਿਆਂ ਵਾਲੀ ਗੱਲ ਹੋਵੇ, ਕਹਿੰਦਾ ਵੀ ਅੱਖ ਚੱਖ ਪਾ ਕੇ ਗੱਲ ਕਰਨੀ ਹੈ ਤਾਂ ਤੂੰ ਆ ਅੱਖ ਚੱਖ ਪਾ ਕੇ ਗੱਲ ਕਰ, ਜਿਹੜੇ ਪੰਥਕ ਵਿਦਵਾਨ ਨੇ ਉਹਨਾਂ ਦੇ ਨਾਲ ਵੀ ਨਹੀਂ ਗੱਲ ਕਰਨੀ, ਜਿਹੜਾ ਇਹਨੂੰ ਸਵਾਲ ਕਰਦਾ ਉਹਨੂੰ ਇਹ ਟਕਸਾਲ ਦੇ ਨਾਲ ਜੋੜ ਦਿੰਦਾ ਆ ਜੀ। ਇਹਦੇ ਕੋਲ ਹੋਰ ਕੋਈ ਕੰਮ ਨਹੀਂ ਗਾ, ਸਰਕਾਰੀ ਬੰਦਾ ਆ, ਇਹ ਸਿਰਫ ਜਥੇਬੰਦੀਆਂ ਨੂੰ ਮਤਲਬ ਕਹਿ ਸਕਦੇ ਹਾਂ ਵੀ ਇਹ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਖੜਾ ਕਰ ਰਿਹਾ ਜੀ ਜੀ। ਹਾਂਜੀ, ਇਹ ਅੱਜ ਮੈਂ ਵੇਖਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰ ਰਿਹਾ ਆ, ਪ੍ਰਸ਼ਾਸਨ ਦਾ ਧੰਨਵਾਦ ਕਰਦਾ, ਸੰਗਤਾਂ ਦਾ ਧੰਨਵਾਦ ਨਹੀਂ ਜਾਂ ਗੁਰੂ ਸਾਹਿਬ ਦਾ ਧੰਨਵਾਦ ਨਹੀਂ ਕਰਦਾ, ਅਤੇ ਇਹਦੀ ਗੱਲ ਦੇ ਵਿੱਚ ਵੀ ਕੋਈ ਰਾਜ ਲੱਗਦਾ? ਵੇਖੋ, ਪ੍ਰਸ਼ਾਸਨ ਦਾ ਹੀ ਬੰਦਾ ਵਾ, ਏਜੰਸੀਆਂ ਦਾ ਬੰਦਾ ਵਾ। ਮੈਂ ਚਲੋ, ਮੈਂ ਪਿੱਛੇ ਵੀ ਇੱਕ ਗੁਰਮੁਖ ਪਿਆਰੇ ਸੀਗੇ, ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਲੱਗੇ, ਬਾਬਾ ਨੀਲਾ ਜਿਨ੍ਹਾਂ ਨੂੰ ਕਰਕੇ ਨੀਲੇ ਢੱਕਣ ਵਾਲਾ, ਅਤੇ ਉਹਨੂੰ ਉਹਨਾਂ ਨੇ ਕਿਹਾ, ਉਹਨੇ ਬਾਬੇ ਨੇ ਇੱਕ ਗੱਲ ਜ਼ਰੂਰ ਕਹੀ ਵੀ ਮੇਰੇ ਸਾਹਮਣੇ ਬਹਿ ਕੇ ਵਿਚਾਰ ਕਰੋ, ਮੈਂ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ, ਭਾਵੇਂ ਉਹ ਸੱਚਾ ਸੀਗਾ ਅਤੇ ਭਾਵੇਂ ਝੂਠਾ ਸੀਗਾ, ਪਰ ਉਹਦੇ 'ਚ ਸਾਹਮਣੇ ਬਹਿਣ ਦੀ ਹਿੰਮਤ ਤਾਂ ਹੈਗੀ ਸੀ ਨਾ। ਹੁਣ ਇਹਨੂੰ ਕਿੰਨੇ ਨਾਵਾਂ ਦਾ ਬੁਲਾਇਆ ਜਾਂਦਾ ਵਾ, ਢੱਡਰੋ ਜਾਂ ਖੋਸਰਾ ਜਾਂ ਜੇ ਉਹ ਕਹਿ ਕੇ ਬੁਲਾਇਆ ਜਾਂਦਾ ਵਾ। ਵੇਖੋ, ਬੰਦਾ ਤਾਂ ਉਹੀ ਆ, ਜੇ ਵੀ ਆਪਣੀ ਗੱਲ ਕੀਤੀ ਹੈ ਤਾਂ ਉਹ ਸਪਸ਼ਟੀਕਰਨ ਸਾਹਮਣੇ ਬਹਿ ਕੇ ਦੇਵੇ।
ਹੁਣ ਇਹੋ ਹੀ ਗੱਲ ਕਰੀ ਜਾਣੀ ਜੀ ਇਹ ਟਕਸਾਲੀ ਆ ਜੀ, ਫਲਾਣੇ ਆ ਜੀ, ਗੁੰਡੇ ਆ ਜੀ, ਇਹ ਹੈ ਵੋ ਹੈ, ਇਹ ਗੱਲ ਕਰੀ ਜਾਣੀ। ਜੇ ਤੇਰੇ ਮਗਰ 10,000 ਬੰਦਾ ਹੈਗਾ ਤਾਂ ਤੂੰ ਲਿਆ ਆ ਕੇ ਖਿਲਾਰ ਅਤੇ ਉਹਨਾਂ ਦੇ ਨਾਲ ਸਾਹਮਣੇ ਵਿਚਾਰ ਕਰ ਬਹਿ ਕੇ। ਬਿਲਕੁਲ ਜੀ, ਡਰਪੋਕ ਬੰਦਾ ਆ ਜਿਹੜਾ, ਡਰਪੋਕ ਬੰਦਾ ਹੁੰਦਾ ਨਾ, ਨਿੰਦਿਆ ਚੁਗਲੀ ਜਿਹਨੂੰ ਆਪਾਂ ਕਹਿੰਦੇ ਨੇ, ਚੁਗਲਖੋਰ ਜਿਹਾ ਕੰਮ ਹੁੰਦਾ ਚੁਗਲੀ ਕਰਕੇ ਅਤੇ ਸਾਈਡ 'ਤੇ ਹੋ ਜਾਣਾ, ਮੂੰਹ 'ਤੇ ਗੱਲ ਨਹੀਂ ਕਰਨੀ ਜੀ। ਇਹ ਉਹ ਹੀ ਪ੍ਰਚਾਰ ਕਰ ਰਿਹਾ ਜੀ। ਜੋ ਇਹ ਪ੍ਰਚਾਰ ਜਾਂ ਸਾਡੇ ਕਥਾਵਾਚਕ ਆ, ਮੈਂ ਤੁਹਾਨੂੰ ਇੱਕ ਹੋਰ ਸਵਾਲ ਜਿਹੜਾ ਵੱਖਰਾ ਪੁੱਛਣ ਲੱਗਾ, ਜਿਹੜੇ ਸਾਡੇ ਕਥਾਵਾਚਕ ਆ ਇਹਨਾਂ ਵਾਸਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਕਾਂ ਵੱਲੋਂ ਇਹਦੇ ਵਾਸਤੇ ਕੋਈ ਜਿਸ ਤਰ੍ਹਾਂ ਇਹ ਡਿਗਰੀਆਂ ਹੁੰਦੀਆਂ ਆ ਜਾਂ ਕੋਈ ਕਲਾਸਾਂ ਹੁੰਦੀਆਂ, ਉਹ ਵੀ ਨਿਰਧਾਰਤ ਨਹੀਂ ਹੋਣੀ ਚਾਹੀਦੀਆਂ? ਕਿਉਂ ਹਰ ਇੱਕ ਬੰਦਾ ਵੇਖਿਆ ਜਿਹੜਾ ਉਹ ਕਹਿੰਦਾ ਮੈਂ ਕਥਾਵਾਚਕ ਹਾਂ, ਤੁਸੀਂ ਇਹ ਵੀ ਨਹੀਂ ਸੋਚਦੇ ਕਿ ਇਹਦੇ ਵਿੱਚ ਵੀ ਕੁਛ ਹੋਣਾ ਚਾਹੀਦਾ? ਵੇਖੋ, ਸਿਰੇ ਦਾ ਅਨਪੜ੍ਹ ਬੰਦਾ ਆ। ਬਿਲਕੁਲ ਜੀ, ਪਹਿਲਾਂ ਤਾਂ ਗੁਰੂ ਸਾਹਿਬ ਦਾ ਪ੍ਰਚਾਰ ਬਹੁਤ ਵਧੀਆ ਕਰਦਾ ਸੀਗਾ ਜੀ, ਹੁਣ ਇਹ ਏਜੰਸੀਆਂ 'ਤੇ ਇੱਕ ਚਵਲ ਜਿਹਾ ਬੰਦਾ ਨੇਕੀ, ਮੈਂ ਜੋ ਮੇਰਾ ਮੰਨਣਾ ਹੈ ਵੀ ਉਹ ਇਹਨੂੰ ਸਾਰਾ ਕੁਝ ਸੈੱਟ ਕਰਕੇ ਭੇਜਦਾ ਅਤੇ ਸਟੇਜ 'ਤੇ ਚੜ੍ਹ ਕੇ ਬੋਲਣ ਲੱਗ ਪੈਂਦਾ ਵਾ, ਮਤਲਬ ਇਹਨੂੰ ਇੰਨੀ ਨਹੀਂ ਅਕਲ ਆਉਂਦੀ ਵੀ ਆਪਣੇ ਗੁਰੂ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲਾ ਬੰਦਾ ਦੁਨੀਆਂ 'ਤੇ ਤਾਂ ਤੁਹਾਨੂੰ ਕੋਈ ਲੱਭੇਗਾ? ਜਿਹੜਾ ਗੁਰੂ ਸਾਹਿਬ ਦੇ ਉੱਤੇ ਕਿੰਤੂ ਕਰੇ ਉਹ ਸਿੱਖ ਨਹੀਂ ਹੋ ਸਕਦਾ। ਬਿਲਕੁਲ, ਫਿਰ ਇਹ ਵੇਖੋ ਵੀ ਕਿਰਪਾਨ ਦੇ ਉੱਤੇ ਵੀ ਕਿੰਤੂ ਕਰ ਦਿੱਤਾ, ਇਹਨੇ ਸਰੋਵਰਾਂ ਦੇ ਉੱਤੇ ਵੀ ਕਿੰਤੂ ਕਰ ਦਿੱਤਾ, ਹਰ ਗੱਲ ਦੇ ਉੱਤੇ ਕਿੰਤੂ ਪਰੰਤੂ ਕਰ ਰਿਹਾ ਵਾ, ਇਹ ਧੜੇਬੰਦੀ ਬਣਾ ਰਿਹਾ ਵਾ। ਫਿਰ ਇਹਨੂੰ ਜਿਹੜੇ ਫੋਲੋ ਕਰਦੇ ਉਹਨਾਂ 'ਚ ਵੀ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਕਿਤੇ ਸਾਹਮਣੇ ਆ ਕੇ ਗੱਲ ਕਰ ਦੇਣ। ਸਾਨੂੰ ਇੰਨਾ ਵਾ ਵੀ ਜੇ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਫੋਲੋ ਕਰਦੇ ਹਾਂ ਤਾਂ ਉਹ ਕਹਿੰਦੇ ਸੀ ਕਿ ਸਿੱਧਾ ਆ ਕੇ ਹਿੱਕ 'ਚ ਵੱਜੋ ਅਤੇ ਆਹਮੋ ਸਾਹਮਣੇ ਗੱਲ ਕਰੋ। ਜੇ ਅਸੀਂ ਉਹਨਾਂ ਨੂੰ ਮੰਨਦੇ ਹਾਂ ਤਾਂ ਅਸੀਂ ਕਿਤੇ ਵੀ ਜਾ ਕੇ ਖਲੋਣ ਵਾਸਤੇ ਤਿਆਰ ਹਾਂ, ਕਿਸੇ ਮੈਦਾਨ ਦੇ ਵਿੱਚ ਵੀ ਆਪਾਂ ਖੜ੍ਹ ਕੇ ਕਿਸੇ ਨਾਲ ਵੀ ਗੱਲ ਕਰਨ ਵਾਸਤੇ ਤਿਆਰ ਹਾਂ। ਜਿਹੜਾ ਜਿਹੋ ਜਿਹਾ ਖੁਸਰਾ ਢੱਡਰੀ ਆਪ ਹੈ ਉਹੋ ਜਿਹੀ ਇਹਨੇ ਜਨਤਾ ਕਰ ਦਿੱਤੀ ਆ, ਪਰ ਮੈਂ ਜਿਹੜੀਆਂ ਵੀ ਬੀਬੀਆਂ ਜਾਂ ਬੰਦੇ ਇਹਨੂੰ ਸੁਣ ਜਾਂਦੇ ਮੈਂ ਇਹਨੂੰ ਚੰਗੇ ਕਰੈਕਟਰ ਦੇ ਨਹੀਂ ਸਮਝਦਾ ਜੀ। ਸਿੰਘ ਸਾਹਿਬ ਹੁਣਾਂ ਨੇ ਅਕਸਰੀ ਅਕਾਲ ਤਖਤ ਸਾਹਿਬ ਤੋਂ ਇਹਨੂੰ ਸੱਦਿਆ ਗਿਆ ਆ, ਪਰ ਇਹਨੇ ਅੱਗੋਂ ਕਹਿਤਾ ਕਿ ਮੈਂ ਅਕਾਲ ਤਖਤ 'ਤੇ ਪੇਸ਼ ਵੀ ਨਹੀਂ ਹੋਊਂਗਾ, ਮੈਂ ਇਹਨਾਂ ਦੀ ਨਹੀਂ ਮੰਨੂੰਗਾ, ਤੁਸੀਂ ਇਹਦੇ ਬਾਰੇ ਕੀ? ਦੇਖੋ, ਉਹ ਤਾਂ ਝੂਠਾ ਬੰਦਾ ਆ, ਹੁਣ ਝੂਠਾ ਬੰਦਾ ਕਦੀ ਵੀ ਕਿਸੇ ਦੇ ਸਾਹਮਣੇ ਨਹੀਂ ਆਉਂਦਾ। ਜਿਹੜਾ ਭਾਈ ਸਾਹਿਬ ਚੁਗਲਖੋਰ ਬੰਦਾ ਹੁੰਦਾ ਨਾ, ਉਹ ਦੂਸਰੇ ਬੰਦੇ ਨੂੰ ਕੀ ਕਹਿੰਦਾ ਜੀ ਇਹ ਫਲਾਣੇ ਬੰਦੇ ਨੇ ਆਹ ਗੱਲ ਕੀਤੀ ਆ, ਮੈਂ ਤੈਨੂੰ ਦੱਸਦੀ ਆ ਤੂੰ ਗਾਂਹ ਮੇਰਾ ਨਾਂ ਨਾ ਲਵੀਂ। ਜੀ ਜੀ, ਇਹੋ ਹੀ ਚੁਗਲਖੋਰ ਦਾ ਕੰਮ ਆ ਵੀ ਮੈਂ ਉੱਥੋਂ ਸਵਾਲ ਕਰੂੰਗਾ ਅਤੇ ਤੁਸੀਂ ਉੱਥੋਂ ਉੱਧਰੋਂ ਜਵਾਬ ਦਿਓ। ਉਹ ਇਹ ਕਿਹੋ ਜਿਹੇ ਸਵਾਲ ਆ, ਜੇ ਤੂੰ ਗੱਲ ਕੀਤੀ ਹੈ ਤਾਂ ਸਾਹਮਣੇ ਬਹਿ। ਬਿਲਕੁਲ, ਉਹਦੇ ਵਿੱਚ ਬੰਦਿਆਂ ਵਾਲੀ ਕੋਈ ਗੱਲ ਨਹੀਂ, ਪ੍ਰਚਾਰਕ ਤਾਂ ਬੜੀ ਦੂਰ ਦੀ ਗੱਲ ਆ, ਮੈਂ ਤਾਂ ਉਹਨੂੰ ਬੰਦਾ ਹੀ ਨਹੀਂ ਸਮਝਦਾ, ਮੈਂ ਪ੍ਰਚਾਰਕ ਤਾਂ ਬੜੀ ਵੱਡੀ ਗੱਲ ਕਹਿ ਦਿੰਦੇ ਆਪਾਂ ਜਾਂ ਕਥਾਵਾਚਕ, ਇਹ ਬੰਦਾ ਹੀ ਨਹੀਂ ਹੈਗਾ ਜੀ। ਜੀ, ਖੁਸਰਾ ਜ਼ਮੀਰ ਦਾ ਬੰਦਾ ਹੈ ਜੀ। ਅਗਰ ਤੁਸੀਂ ਰਣਜੀਤ ਸਿੰਘ ਢੱਡੀਆਂ ਨਾਲ ਕਹਿਣਾ ਚਾਹੋ ਕੀ ਕਹੋਗੇ? ਮੈਂ ਤਾਂ ਇਹੋ ਹੀ ਕਹੂੰਗਾ ਵੀ ਬੰਦੇ ਦੇ ਪੁੱਤਾਂ ਵਾਂਗੂ ਸਾਹਮਣੇ ਬਹਿ ਕੇ ਗੱਲ ਕਰ, ਜੇ ਤੁਸੀਂ ਤੇਰੇ ਮਨ ਦੇ ਵਿੱਚ ਕੋਈ ਤੈਨੂੰ ਲੱਗਦਾ ਵੀ ਆਹ ਚੀਜ਼ ਗਲਤ ਲਿਖੀ ਆ ਤਾਂ ਸਾਹਮਣੇ ਬਹਿ ਕੇ ਵਿਚਾਰ ਕਰਨਾ ਚਾਹੀਦਾ, ਵਿਚਾਰ ਤੋਂ ਭੱਜਣਾ ਨਹੀਂ ਚਾਹੀਦਾ। ਇਹ ਔਰਤਾਂ ਨਾਲੋਂ ਵੀ ਗਿਆ ਗੁਜ਼ਰਾ ਬੰਦਾ ਹੈ ਜੀ। ਮੈਂ ਹੋਰ ਇਹਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਇਹੋ ਹੀ ਆ ਵੀ ਜੇ ਤੂੰ ਗੱਲ ਕਰਦਾ ਤਾਂ ਸਾਹਮਣੇ ਬਹਿ ਕੇ ਗੱਲ ਕਰ, ਐਡੇ ਐਡੇ ਕੌਮ ਦੇ ਵਿੱਚ ਵਿਦਵਾਨ ਨੇ ਉਹਨਾਂ ਦੇ ਨਾਲ ਬਹਿ ਕੇ ਤੂੰ ਵਿਚਾਰ ਕਰ, ਪਰ ਝੂਠ ਦੇ ਪੈਰ ਨਹੀਂ ਜੀ ਹੁੰਦੇ, ਇਸ ਕਰਕੇ ਉਹ ਕਿਤੇ ਵੀ ਕਿਸੇ ਗੱਲ 'ਤੇ ਖਲੋਂਦਾ ਨਹੀਂਗਾ। ਸੋ ਸਰਦਾਰ ਭੁਪਿੰਦਰ ਸਿੰਘ 6 ਜੂਨ ਉਹਨਾਂ ਦਾ ਕਹਿਣਾ ਹੈ ਕਿ ਅਗਰ ਰਣਜੀਤ ਸਿੰਘ ਢੱਡੀਆਂ ਵਾਲੇ ਪਾਸ ਕੁਛ ਗਿਆਨ ਹੈਗਾ ਜਾਂ ਕੋਈ ਕੋਈ ਸਿਧਾਂਤ ਹੈਗਾ, ਅਗਰ ਉਹ ਗੁਰੂ ਦਾ ਸਿੱਖ ਆ ਤਾਂ ਫਿਰ ਉਸ ਨੂੰ ਬੈਠਣ ਤੋਂ ਸ਼ਰਮ ਕਿਉਂ ਆਉਂਦੀ ਆ? ਉਹ ਆ ਕੇ ਸਾਰਾ ਇੱਥੇ ਜਥੇਬੰਦੀਆਂ ਨਾਲ ਬੈਠ ਕੇ ਸਲਾਹ ਮਸ਼ਵਰਾ ਕਰਕੇ ਕੋਈ ਵੀ ਗੱਲ ਜਿਹੜੀ ਕਰਦਾ ਜਾਂ ਕੋਈ ਵੀ ਮੁੱਦਾ ਉਠਾ ਦਿੰਦਾ, ਉਸ ਤੋਂ ਪਹਿਲਾਂ ਇਹ ਸਲਾਹ ਮਸ਼ਵਰਾ ਕਿਉਂ ਨਹੀਂ ਕਰਦਾ? ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।